सुगुर हृदयत्यावो हृदयत्यावो श्री गुरु रामदास गुण गावो श्री अर्जन बिघ्न नके नाशक बिघ्न नके नाशक श्री हर गोबिंद शुभ सुमत पर काशक श्री हर राय नमो कर जोरी नमो कर जोरी श्री हर कृष्ण मनाए महोरी तेग बहादुर परम कृपाल सतगुर परम कृपाल श्री गुरु गोविंद सिंह विशाल तारों तारा पर पुन पुन शीशा जी पुन पुन शीशा बंदो बार बार जगदीश चौपाई सोदासी ले तत्स्ने आई राज सुता ग्रह पढ़ हर खाई दर्शन प्यास प्रथम ही लागी उत्तर पढ़ दूनी मन जागी वाहिगुरु जी का खालसा वाहिगुरु जी की फतह। सतगुरां दी साजी नवाजी गुरु की संगत महाराज साहब दियां ने सतसंगत दा सुभागा समां बख्शिश करदिया होया गुरबाणी कीर्तन दियां दातां बख्शियां। गुरु गोबिंद सिंह महाराज जी का इतिहास सरवण कर रहे हैं जो चिंबयाल नाम की रियासत है इतों का जो राजा है उसकी धी ने उतरी ने महाराज जिया की सिफत सुनी है कि महाराज कविता बहुत सोहनी लिख दे छंदाबंदी बहुत सोहनी कर दे। इन्हें सतगुरां नू छे सवाल जिहड़े सन वह लिख के भेजे। रमज बड़ी गुझी है बड़ी डूंगी है सवाल इस वास्ते भेजे कि महाराज इहदा उत्तर की देणगे। बचन यह है महाराज सारा की है पौना की है गौना की है पौना की है खादा की है ते लैके की सौना है इस दे सवाल ते गुरु गोबिंद सिंह महाराज साहब दिया ने बड़े सोहने उत्तर ये सवालां दे दिते जो आपां कल दे दीवान विच बड़े विस्थार दे नाल सरवण कीते। हुण ये चिट्ठी जिहड़ी है वापस उसे राजकुमारी कोल जा रही है जिन्हें सवाल कीते ने महाराज के जवाब लिखे हुए चिट्ठी दे विच चिट्ठी किवें पढ़दी है ते अगे की कौतक वरतौंदे महाराज वो अज सरवण करांगे। मिलके आखिए सतनाम श्री साहिब जी। सो दासी ले तत्सन आई सतगुरु पातशाह महाराज साहब जिया ने जिहड़े जवाब दिते ने वो चिट्ठी दे सारा की है पौना की है सारे जवाब जिहड़े सन वो चिट्ठी दे विच लिखे गए ते चिट्ठी लैके जिहड़ी दासी पहला महाराज दे कोलों सवाल लैके आई है
ਉਸੇ ਦਾਸੀ ਦੇ ਹੱਥ ਹੀ ਇਹ ਦੁਬਾਰਾ ਚਿੱਠੀ ਜਿਹੜੀ ਹੈ ਵਾਪਸ ਰਾਜ ਮਹਿਲਾਂ ਵਿੱਚ ਭੇਜੀ ਗਈ ਹੈ। ਰਾਜ ਸੁਤਾ ਗ੍ਰਹਿ ਪੜ ਹਰਖਾਈ, ਕਹਿਣ ਲੱਗੇ ਵੀ ਉਹ ਰਾਜਕੁਮਾਰੀ ਨੇ ਜਦੋਂ ਪੜ੍ਹੀ ਨਾ ਚਿੱਠੀ, ਅਤੇ ਚਿੱਠੀ ਵਿੱਚ ਮਹਾਰਾਜ ਨੇ ਜਿਹੜਾ ਉੱਤਰ ਲਿਖਿਆ, ਲਿਖ ਕੇ ਸੁਣ ਕੇ ਪੜ੍ਹ ਕੇ ਬਹੁਤ ਖੁਸ਼ ਹੋਈ ਮਨ ਵਿੱਚ। ਸਤਿਗੁਰੂ ਬੜੀ ਬਰੀਕ ਸੋਚ ਰੱਖਦੇ ਨੇ, ਬੜਾ ਸਿਧਾਂਤ, ਬੜਾ ਗਿਆਨ ਹੈ, ਬੜਾ ਸੋਹਣਾ ਉੱਤਰ ਦਿੱਤਾ ਹੈ। ਪੜ੍ਹ ਕੇ ਰਾਜਕੁਮਾਰੀ ਬਹੁਤ ਖੁਸ਼ ਹੋਈ ਹੈ। ਦਰਸ਼ਨ ਪਿਆਸ ਪ੍ਰਥਮ ਹੀ ਲੱਗੀ। ਸੋ ਗੁਰਮੁਖੋ, ਇਸ ਰਾਜਕੁਮਾਰੀ ਨੂੰ ਦਰਸ਼ਨਾਂ ਦੀ ਪਹਿਲਾਂ ਹੀ ਬੜੀ ਇੱਛਾ ਸੀ। ਮਹਾਰਾਜ ਦੀ ਸਿਫਤ ਇੰਨੀ ਸੁਣੀ ਹੈ, ਪਹਿਲਾਂ ਹੀ ਬੜਾ ਮਨ ਕਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਜਾਣ। ਔਰ ਜਦੋਂ ਮਹਾਰਾਜ ਦੀ ਚਿੱਠੀ ਆਈ ਹੈ ਨਾ ਉੱਤਰ ਦੇ ਸਮੇਤ, ਅਤੇ ਮਹਾਰਾਜ ਦਾ ਉੱਤਰ ਪੜ੍ਹ ਕੇ, ਅਤੇ ਹੋਰ ਪਿਆਸ ਜਿਹੜੀ ਹੈ ਉਹ ਮਨ ਵਿੱਚ ਲੱਗੀ ਹੈ। ਉੱਤਰ ਪੜ੍ਹ ਦੂਣੀ ਮਨ ਜਾਗੇ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਵੀ ਦੂਣੀ ਪਿਆਸ, ਜਿੰਨੀ ਪਹਿਲਾਂ ਸੀ ਨਾ ਦਰਸ਼ਨਾਂ ਦੀ ਤੀਬਰ ਇੱਛਾ ਸੀ ਪਹਿਲਾਂ ਵੀ ਕਦੋਂ ਸਮਾਂ ਆਵੇ ਗੁਰੂ ਗੋਬਿੰਦ ਸਿੰਘ ਦਾ ਦੀਦਾਰਾ ਕਰਾਂ। ਪਰ ਜਦੋਂ ਚਿੱਠੀ ਪੜ੍ਹੀ ਹੈ, ਚਿੱਠੀ ਵਿੱਚ ਆਪਣੇ ਸਵਾਲਾਂ ਦਾ ਉੱਤਰ ਪੜ੍ਹਿਆ ਮਹਾਰਾਜ ਦੇ ਵੱਲੋਂ, ਤਾਂ ਦੂਣੀ ਪਿਆਸ ਹੋ ਗਈ, ਅੱਗੇ ਨਾਲੋਂ ਵੀ ਡਬਲ ਹੋ ਗਿਆ ਵੀ ਹੁਣ ਛੇਤੀ ਨਾਲ ਮਿਲਣਾ ਕਰੀਏ। ਨਿਜ ਪਿਤ ਸੰਗ ਬੂਝ ਕਰਿਆ, ਆਪਣੇ ਪਿਤਾ ਨੂੰ ਜਾ ਕੇ ਦੱਸਿਆ, ਪਿਤਾ ਜੀ ਮੈਂ ਸਤਿਗੁਰੂ ਨੂੰ ਸਵਾਲ ਪੁੱਛੇ, ਅਤੇ ਮਹਾਰਾਜ ਨੇ ਬਾਖੂਬੀ ਬੜੇ ਸੋਹਣੇ ਜਵਾਬ ਦਿੱਤੇ। ਹੁਣ ਮੇਰਾ ਮਨ ਮਹਾਰਾਜ ਦੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ, ਮੇਰਾ ਜੀ ਕਰਦਾ ਮੈਂ ਹੁਣੇ ਜਾ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂ। ਆਪ ਜੀ ਆਗਿਆ ਦਿਓ। ਪਿਤਾ ਨੇ, ਰਾਜੇ ਨੇ ਆਗਿਆ ਦਿੱਤੀ ਵੀ ਜਾ ਪੁੱਤਰੀ ਸਤਿਗੁਰਾਂ ਦੇ ਦਰਸ਼ਨ ਫਿਰ ਕਰ ਲਾ, ਜੇ ਤੇਰੇ ਮਨ ਦੀ ਇੰਨੀ ਇੱਛਾ ਹੈ। ਆਪਣੇ ਪਿਤਾ ਦੀ ਆਗਿਆ ਲੈ ਕੇ ਆ ਗਈ ਹੈ। ਪਹੁੰਚ ਗੁਰੂ ਤਟ ਗਰੀਬ ਨਿਵਾਈ, ਜਿੱਥੇ ਸਤਿਗੁਰੂ ਬੈਠੇ ਸਨ ਨਾ ਦੀਵਾਨ ਦੇ ਵਿੱਚ, ਸੰਗਤਾਂ ਸੁਸ਼ੋਭਿਤ, ਨਿਰਵਾਲ ਸਰ ਦੀ ਧਰਤੀ ਦਾ ਇਹ ਪ੍ਰਸੰਗ ਹੈ ਗੁਰਮੁਖੋ। ਇਹ ਰਾਜਕੁਮਾਰੀ ਪਹੁੰਚੀ ਹੈ ਅਤੇ ਆ ਕੇ ਮਹਾਰਾਜ ਦੀਆਂ ਨੂੰ ਆਪਣਾ ਸੀਸ ਝੁਕਾਇਆ ਹੈ। ਹੱਥ ਜੋੜ ਜਪ ਬੰਦਨ ਠਾਨ, ਜਦੋਂ ਇਸ ਨੇ ਮਹਾਰਾਜ ਦੇ ਸਾਹਮਣੇ ਹੋ ਕੇ ਹੱਥ ਜੋੜੇ ਨਾ ਆਪਣੇ ਦੋਨੇ ਹੱਥ ਜੋੜ ਕੇ, ਅਤੇ ਫਿਰ ਇਸ ਨੇ ਮੱਥਾ ਟੇਕਣ ਵਾਸਤੇ ਜਦੋਂ ਆਪਣਾ ਸਿਰ ਝੁਕਾਇਆ ਹੈ, ਉਤੀ ਕਮਾਨ ਪ੍ਰਭੂ ਕੇ ਪਾਨ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਉਸ ਵੇਲੇ ਤੀਰ ਕਮਾਨ ਫੜਿਆ ਹੋਇਆ। ਜਦੋਂ ਇਸ ਲੜਕੀ ਨੇ ਮੱਥਾ ਟੇਕਿਆ ਨਾ ਮਹਾਰਾਜ ਸਾਹਿਬ ਦੀਆਂ, ਇਹ ਮੱਥਾ ਟੇਕਦੀ ਪਈ ਹੈ, ਮਹਾਰਾਜ ਦੇ ਹੱਥ ਵਿੱਚ ਉਸ ਵੇਲੇ ਤੀਰ ਕਮਾਨ ਫੜਿਆ ਹੋਇਆ ਹੈ। ਰਾਜ ਸੁਤਾ ਕੀ ਪ੍ਰਿਸ਼ਟੀ ਪਰ ਧਰ, ਸਤਿਗੁਰੂ ਪਾਤਸ਼ਾਹ ਨੇ ਨਵਾਂ ਕੌਤਕ ਰਚਿਆ। ਚਾਹੁੰਦੇ ਤਾਂ ਮਹਾਰਾਜ ਥਾਪੜਾ ਵੀ ਦੇ ਸਕਦੇ ਸਨ, ਕਿਉਂਕਿ ਸਮਰੱਥ ਨੇ, ਬਖਸ਼ਿਸ਼ਾਂ ਝੱਟ ਕਰ ਦਿੰਦੇ। ਪਰ ਮਹਾਰਾਜ ਨਵਾਂ ਕੌਤਕ ਰਚ ਕੇ ਵਿਖਾਉਣਾ ਚਾਹੁੰਦੇ ਵੀ ਗੁਰੂ ਕਿੰਨਾ ਸਮਰੱਥ ਹੈ ਔਰ ਕੀ ਕਰ ਸਕਦਾ। ਮਹਾਰਾਜ ਨੇ ਥਾਪੜਾ ਦੇਣ ਦੀ ਬਜਾਏ ਧਨੁੱਖ, ਜਿਹੜਾ ਹੱਥ ਵਿੱਚ ਫੜਿਆ ਨਾ ਤੀਰ ਚਲਾਉਣ ਵਾਲਾ ਕਮਾਨ, ਮਹਾਰਾਜ ਨੇ ਉਹ ਕਮਾਨ ਹੀ ਇਸ ਲੜਕੀ ਦੀ ਪਿੱਠ 'ਤੇ ਲਾਈ। ਜਦੋਂ ਇਸ ਨੇ ਮੱਥਾ ਟੇਕਿਆ ਨਾ ਮਹਾਰਾਜ ਦੇ ਸਾਹਮਣੇ, ਇਹਦੀ ਪਿੱਠ ਦੇ ਉੱਪਰ ਮਹਾਰਾਜ ਦੀਆਂ ਨੇ ਆਪਣੇ ਧਨੁੱਖ ਦਾ ਇੱਕ ਕਿਨਾਰਾ ਲਾ ਕੇ ਆਸ਼ੀਰਵਾਦ ਦਿੱਤਾ ਹੈ। ਥਾਪੀ ਧਨੁੱਖ ਸਾਥ ਤਿਸ ਦੇ, ਜਿਵੇਂ ਆਪਾਂ ਥਾਪੀ ਦਿੰਦੇ ਹਾਂ ਨਾ ਕਿਸੇ ਦੇ ਮੋਢੇ 'ਤੇ ਵੀ ਹੱਥ ਥੋੜ੍ਹਾ ਜਿਹਾ ਉੱਚਾ ਕਰਕੇ ਮਾਰੀਦਾ ਵੀ ਸ਼ਾਬਾਸ਼, ਤੂੰ ਚੰਗਾ ਕੰਮ ਕੀਤਾ। ਮਹਾਰਾਜ ਨੇ ਆਪਣੇ ਧਨੁੱਖ ਦੇ ਨਾਲ ਹੀ ਥਾਪੀ ਦਿੱਤੀ, ਮਾੜਾ ਜਿਹਾ ਧਨੁੱਖ ਉਹਦੀ ਪਿੱਠ ਦੇ ਨਾਲ ਮਹਾਰਾਜ ਨੇ ਛੁਆ ਦਿੱਤਾ ਹੈ। ਬਹੁਰ ਹੱਥ ਮਹਿਲੀ ਨੇ ਉਠਾਈ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੂੰ ਫਿਰ ਜਦੋਂ ਮੱਥਾ ਟੇਕਿਆ, ਅਤੇ ਸਤਿਗੁਰਾਂ ਨੇ ਇਸ ਤਰ੍ਹਾਂ ਇਹਦੀ ਨਮਸਕਾਰ ਨੂੰ ਪ੍ਰਵਾਨ ਕੀਤਾ, ਅਤੇ ਕਹਿਣ ਲੱਗੇ ਲੜਕੀ ਮਹਾਰਾਜ ਜੀਆਂ ਦੇ ਸਾਹਮਣੇ ਹੱਥ ਜੋੜ ਕੇ ਉਸ ਵੇਲੇ ਖੜੀ ਹੋ ਗਈ ਹੈ। ਬੂਜਨ ਤਿੰਨ ਗਿਰਾ ਅਲਾਈ, ਉਸ ਵੇਲੇ ਲੜਕੀ ਨੇ ਫਿਰ ਸਵਾਲ ਕੀਤਾ, ਕਿਉਂਕਿ ਕਵੀ ਹੈ ਨਾ, ਕਵਿਤਾ ਲਿਖਦੀ ਹੈ, ਗ੍ਰੰਥ ਬੜੇ ਪੜ੍ਹੇ ਨੇ, ਸੋਝੀ ਗਿਆਨ ਬੜਾ ਹੈ, ਬੜੀ ਚਤੁਰ ਅਤੇ ਬੜੀ ਸਿਆਣੀ ਹੈ। ਉਸੇ ਵੇਲੇ ਮਨ ਵਿੱਚ ਸਵਾਲ ਪੈਦਾ ਹੋ ਗਿਆ। ਬਾਕੀਆਂ ਨੂੰ ਮਹਾਰਾਜ ਆਸ਼ੀਰਵਾਦ ਦਿੰਦੇ ਨੇ, ਮੱਥਾ ਵੀ ਟਿਕਾਉਂਦੇ ਨੇ, ਥਾਪੜਾ ਵੀ ਦਿੰਦੇ। ਮੈਂ ਮੱਥਾ ਟੇਕਿਆ ਅਤੇ ਮਹਾਰਾਜ ਨੇ ਹੱਥ ਦੇ ਨਾਲ ਥਾਪੜਾ ਨਹੀਂ ਦਿੱਤਾ, ਧਨੁੱਖ ਦੇ ਨਾਲ ਦਿੱਤਾ। ਮਨ ਵਿੱਚ ਸਵਾਲ ਪੈਦਾ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਸ ਵੇਲੇ ਇਸ ਬੀਬੀ ਨੇ ਸਵਾਲ ਪੁੱਛਿਆ ਹੈ। ਮਮ ਪ੍ਰਿਸ਼ਟੀ ਪਰ ਆਪਣੋ ਹੱਥ, ਸਤਿਗੁਰੂ ਪਾਤਸ਼ਾਹ ਮੈਂ ਮੱਥਾ ਤਾਂ ਟੇਕਿਆ ਸੀ, ਤੁਸੀਂ ਮੇਰੇ ਸਿਰ 'ਤੇ ਹੱਥ ਰੱਖ ਦੇ ਜਾਂ ਮੇਰੀ ਪਿੱਠ 'ਤੇ ਮੈਨੂੰ ਥਾਪੜਾ ਦਿੰਦੇ, ਮੈਨੂੰ ਆਸ਼ੀਰਵਾਦ ਦਿੰਦੇ। ਮਹਾਰਾਜ ਮੈਂ ਮੱਥਾ ਤਾਂ ਟੇਕਿਆ ਅਤੇ ਤੁਸੀਂ ਮੈਨੂੰ ਆਸ਼ੀਰਵਾਦ ਨਹੀਂ ਦਿੱਤਾ, ਆਪਣਾ ਮਿਹਰ ਭਰਿਆ ਹੱਥ ਮੇਰੀ ਪਿੱਠ 'ਤੇ ਰੱਖ ਕੇ ਥੱਪ ਥਪਾਇਆ ਨਹੀਂ, ਮੇਰੀ ਪਿੱਠ ਨੂੰ ਮੈਨੂੰ ਤੁਸੀਂ ਕੋਈ ਸ਼ਾਬਾਸ਼ ਨਹੀਂ ਕਹੀ ਹੈ। ਕਿਉਂ ਨਾ ਧਰਿਓ ਅਬ ਹੇ ਗੁਰਨਾਥ, ਲੜਕੀ ਨੇ ਸਵਾਲ ਕੀਤਾ, ਇਹ ਜਗਤ ਦੇ ਮਾਲਕ ਸਤਿਗੁਰੂ ਕਾਰਨ ਕੀ ਹੈ, ਤੁਸੀਂ ਮੈਨੂੰ ਆਪਣੇ ਹੱਥਾਂ ਦੀ ਜਿਹੜੀ ਹੈ ਉਹ ਸ਼ੋਅ ਕਿਉਂ ਨਹੀਂ ਬਖਸ਼ਿਸ਼ ਕੀਤੀ ਹੈ।
ਤੁਹਾਡੇ ਹੱਥਾਂ ਦਾ ਸਪਰਸ਼ ਕਿਉਂ ਨਹੀਂ ਮੈਨੂੰ ਮਿਲਿਆ? ਮੈਂ ਇਸ ਬਖਸ਼ਿਸ਼ ਤੋਂ ਕਿਉਂ ਵਾਂਝੀ ਰਹਿ ਗਈ ਹਾਂ? ਅਧਿਕ ਭਾਵਨਾ ਤੋਂ ਮੈਂ ਮੇਰੀ ਅਤੇ ਸਤਿਗੁਰੂ ਪਾਤਸ਼ਾਹ ਤੁਹਾਡੇ ਵਿੱਚ ਮੇਰੀ ਬਹੁਤ ਜ਼ਿਆਦਾ ਭਾਵਨਾ ਹੈ, ਮੇਰੀ ਬਹੁਤ ਸ਼ਰਧਾ ਹੈ। ਮੈਂ ਬੜੇ ਭਰੋਸੇ ਦੇ ਨਾਲ, ਬੜੀ ਸ਼ਰਧਾ ਦੇ ਨਾਲ ਤੁਹਾਡੇ ਕੋਲ ਚੱਲ ਕੇ ਆਈ ਹਾਂ। ਜਾਣੋ ਕਿਉਂ ਨਾ ਆਪਣੀ ਚੇਰੀ? ਅਤੇ ਸਤਿਗੁਰੂ ਮੈਨੂੰ ਆਪਣੀ ਦਾਸੀ ਕਿਉਂ ਨਹੀਂ ਜਾਣਦੇ? ਆਪਣੇ ਘਰ ਦੀ ਦਾਸੀ ਜਾਣ ਕੇ, ਆਪਣੀ ਸਿੱਖ ਜਾਣ ਕੇ, ਆਪਣੀ ਸਿੱਖਾਂ ਦੀ ਬੱਚੀ ਜਾਣ ਕੇ, ਜਾਂ ਕਹਿ ਲਈਏ ਵੀ ਆਪਣੇ ਪਿਆਰੇ ਨੂੰ ਜਾਣ ਕੇ, ਤੁਸੀਂ ਮਹਾਰਾਜ ਮੈਨੂੰ ਕਿਉਂ ਨਹੀਂ ਨਿਵਾਜਿਆ? ਮੈਨੂੰ ਆਸ਼ੀਰਵਾਦ ਆਪਣੇ ਹਸਤ ਕਮਲਾਂ ਨਾਲ ਕਿਉਂ ਨਹੀਂ ਦਿੱਤਾ? ਅਤੇ ਤੁਸੀਂ ਤੀਰ ਦੇ ਨਾਲ ਜਾਂ ਤੀਰ ਕਮਾਣ ਦੇ ਨਾਲ ਹੀ ਮੈਨੂੰ ਇਹ ਬਖਸ਼ਿਸ਼ ਕੀਤੀ ਹੈ, ਇਹਦਾ ਕਾਰਨ ਕੀ? ਆਪ ਜੀ ਦੱਸਣਾ ਕਰੋ। ਸਤਿਗੁਰ ਸਭ ਹੇਤ ਸੁਣਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਫਿਰ ਬਚਨ ਸੁਣਾਉਣ ਲੱਗੇ, ਕਹਿਣ ਲੱਗੇ, ਗੁਰਮੁਖੋ, ਬਹੁਤ ਵਿਦਵਾਨਾਂ ਨੇ ਆਪਣੀ ਆਪਣੀ ਰਾਏ ਲਿਖੀ ਹੈ ਵੀ ਉਹਦਾ ਕਾਰਨ ਇਹ ਹੈ, ਉਹਦਾ ਕਾਰਨ ਇਹ ਹੈ, ਪਰ ਅਸਲ ਵਿੱਚ ਮਹਾਰਾਜ ਦਾ ਇੱਕ ਚੋਜ ਹੈ, ਇੱਕ ਕੌਤਕ ਹੈ। ਚੋਜ ਇਹ ਹੈ, ਮਹਾਰਾਜ ਇਹ ਦੱਸਦੇ ਪਏ ਨੇ ਵੀ ਇਸੇ ਧਨੁਸ਼ ਦੇ ਨਾਲ ਹੀ ਅਸੀਂ ਵੀਰ ਰਸ ਪੈਦਾ ਕਰ ਸਕਦੇ ਹਾਂ, ਇਸੇ ਧਨੁਸ਼ ਤੋਂ ਹੀ ਤੀਰ ਚਲਾ ਕੇ ਦੁਸ਼ਮਣ ਦੀ ਜਾਨ ਲੈ ਸਕਦੇ ਹਾਂ, ਅਤੇ ਇਸੇ ਹੀ ਧਨੁੱਖ ਦੇ ਨਾਲ ਜੇ ਅਸੀਂ ਚਾਹੀਏ ਤਾਂ ਬਖਸ਼ਿਸ਼ ਵੀ ਕਰ ਸਕਦੇ ਹਾਂ। ਧਨੁੱਖ ਨੂੰ ਕਿਵੇਂ ਇਸਤੇਮਾਲ ਕਰਨਾ, ਇਹਦਾ ਕਿਵੇਂ ਉਪਯੋਗ ਕਰਨਾ ਹੈ, ਦੋਨੇ ਕਰਾਮਾਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੇ। ਚਾਹੁਣ ਤਾਂ ਇਸੇ ਤੀਰ ਕਮਾਣ ਦੇ ਨਾਲ ਕਿਸੇ ਨੂੰ ਮੌਤ ਵੰਡ ਦੇਣ, ਅਤੇ ਚਾਹੁਣ ਤਾਂ ਕਿਸੇ ਨੂੰ ਬਖਸ਼ਿਸ਼ ਵੀ ਕਰ ਦੇਣ। ਗੁਰਮੁਖੋ, ਜਦੋਂ ਬਿੱਲੀ ਦਾ ਮੂੰਹ ਖੁੱਲ੍ਹਦਾ ਨਾ, ਅਤੇ ਚੂਹੇ ਵਾਸਤੇ ਬਿੱਲੀ ਦਾ ਮੂੰਹ ਖੁੱਲ੍ਹਣਾ ਮੌਤ ਹੈ। ਚੂਹੇ ਵਾਸਤੇ, ਚੂਹੇ ਨੂੰ ਖਾਣ ਵਾਸਤੇ ਜੇ ਬਿੱਲੀ ਨੇ ਮੂੰਹ ਖੋਲ੍ਹਿਆ, ਸਮਝ ਲਓ ਵੀ ਚੂਹੇ ਦੀ ਮੌਤ ਹੈ। ਪਰ ਉਸੇ ਮੂੰਹ ਦੇ ਨਾਲ ਬਿੱਲੀ ਆਪਣਾ ਬਲੂੰਗੜਾ ਵੀ ਚੁੱਕ ਲੈਂਦੀ ਹੈ, ਇੱਕ ਘਰ ਤੋਂ ਚੁੱਕੇ ਦੂਜੇ ਘਰ ਲੈ ਜਾਂਦੀ ਹੈ। ਹੁਣ ਮੂੰਹ ਬਿੱਲੀ ਦਾ ਉਹੀ ਹੈ ਜਿਹਦੇ ਨਾਲ ਉਹਨੇ ਚੂਹਾ ਖਾਧਾ, ਉਸੇ ਮੂੰਹ ਨਾਲ ਆਪਣਾ ਬਲੂੰਗੜਾ ਚੁੱਕਿਆ ਅਤੇ ਦੂਜੇ ਘਰ, ਤੀਜੇ ਘਰ, ਕਈ ਘਰ ਟਪਾ ਕੇ ਲੈ ਜਾਂਦੀ ਹੈ। ਬਿੱਲੀ ਦੇ ਬੱਚੇ ਵਾਸਤੇ ਬਿੱਲੀ ਦਾ ਮੂੰਹ ਇੱਕ ਪਿਆਰ ਹੈ, ਇੱਕ ਮਮਤਾ ਹੈ, ਮੂੰਹ ਉਹੀ ਹੈ, ਅਤੇ ਚੂਹੇ ਵਾਸਤੇ ਉਹੀ ਜਿਹੜਾ ਮੂੰਹ ਹੈ ਉਹ ਕਾਲ ਹੈ, ਉਹ ਮੌਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਤੀਰ ਕਮਾਨ ਹੈ ਦੁਸ਼ਮਣਾਂ ਦੇ ਵਾਸਤੇ, ਜ਼ਾਲਮਾਂ ਦੇ ਵਾਸਤੇ ਅਤੇ ਬਿੱਲੀ ਦੇ ਮੂੰਹ ਵਰਗਾ ਹੈ, ਉਹਨਾਂ ਦਾ ਕਾਲ ਹੈ। ਪਰ ਜੇ ਕੋਈ ਪ੍ਰੇਮੀ ਅਤੇ ਨੇਮੀ ਮਹਾਰਾਜ ਦੇ ਕੋਲ ਆ ਜਾਵੇ ਅਤੇ ਉਹਨਾਂ ਵਾਸਤੇ ਮਹਾਰਾਜ ਜੀਆਂ ਦਾ ਜਿਹੜਾ ਤੀਰ ਕਮਾਨ ਹੈ, ਗੁਰਮੁਖੋ, ਸਤਿਗੁਰੂ ਚਾਹੁਣ ਤਾਂ ਇਹਦੇ ਨਾਲ ਵੀ ਵੀਰ ਰਸ ਬਖਸ਼ਿਸ਼ ਕਰ ਸਕਦੇ, ਸ਼ਾਂਤ ਰਸ ਬਖਸ਼ਿਸ਼ ਕਰ ਸਕਦੇ ਆਪਣੇ ਧਨੁੱਖ ਦੇ ਨਾਲ। ਮਹਾਰਾਜ ਸਾਹਿਬ ਜੀ ਇਹ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹਨ। ਮਹਾਰਾਜ ਦੇ ਕਮਾਨ ਵਿੱਚੋਂ ਨਿਕਲਿਆ ਤੀਰ, ਕਹਿਣ ਲੱਗੇ, ਹਿਰਨ ਵਰਗੇ ਜਾਨਵਰਾਂ ਨੂੰ, ਸ਼ੇਰ ਵਰਗੇ ਜਾਨਵਰਾਂ ਨੂੰ ਮੌਤ ਵੰਡਦਾ, ਪ੍ਰੇਮੀਆਂ ਦੇ ਵਾਸਤੇ ਮਹਾਰਾਜ ਜੀ ਸ਼ਾਂਤ ਰਸ ਬਖਸ਼ਿਸ਼ ਕਰਨ ਵਾਲੇ, ਐਸੀ ਵੀਰਤਾ ਹੈ। ਮਹਾਰਾਜ ਜੀ ਇਹ ਜਨਾਉਣਾ ਚਾਹੁੰਦੇ ਵੀ ਸਾਡੇ ਤੀਰ ਕਮਾਨ ਦੇ ਵਿੱਚ, ਜਾਂ ਕਹਿ ਲਈਏ ਵੀ ਸਾਡੇ ਹੱਥਾਂ ਵਿੱਚ ਦੋਨੇ ਹੀ ਤਾਕਤਾਂ ਨੇ, ਚਾਹੀਏ ਤਾਂ ਵੀਰ ਰਸ ਬਖਸ਼ਿਸ਼ ਕਰੀਏ, ਚਾਹੀਏ ਤਾਂ ਸ਼ਾਂਤ ਰਸ ਬਖਸ਼ਿਸ਼ ਕਰੀਏ। ਇਸੇ ਕਮਾਨ ਦੇ ਨਾਲ ਵੈਰੀ ਨੂੰ ਮੌਤ ਵੀ ਦੇ ਸਕਦੇ ਹਾਂ, ਇਸੇ ਕਮਾਨ ਦੇ ਨਾਲ ਆਪਣੇ ਸਿੱਖ ਨੂੰ ਸ਼ਾਂਤੀ ਵੀ ਦੇ ਸਕਦੇ ਹਾਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਬਗਤਾ ਹੈ, ਇਹ ਉਹਨਾਂ ਦਾ ਵਿਸ਼ਾਲ ਪੁਣਾ ਜਿਹੜਾ ਕਿਸੇ ਵਿੱਚ ਨਹੀਂ। ਐਸੀਆਂ ਗਵਾਹੀਆਂ ਮਹਾਰਾਜ ਸਾਹਿਬ ਜੀ ਦੀਆਂ ਇਤਿਹਾਸ ਵਿੱਚ ਕਈ ਜਗ੍ਹਾ ਦੇ ਉੱਪਰ ਮਿਲਦੀਆਂ ਵੀ ਮਹਾਰਾਜ ਐਸੀ ਬਖਸ਼ਿਸ਼ ਕਰਨ ਵਾਲੇ, ਅਤੇ ਜਿਨ੍ਹਾਂ ਨੂੰ ਸਪਰਸ਼ ਮਿਲ ਜਾਵੇ ਨਾ ਮਹਾਰਾਜ ਦਾ, ਉਹ ਵੱਡਿਆਂ ਭਾਗਾਂ ਵਾਲੇ ਹੋਇਆ ਕਰਦੇ ਹਨ। ਦੋਹਰਾ ਸਕਲ ਸੈਲਪਤ ਮੇਲ ਕਰ ਤੀਰਥ ਮੇਲੇ ਮਾਹੇ। ਸੋ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕਈ ਚਮਤਕਾਰ ਨੇ। ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਾਪ ਹੋਇਆ, ਇੱਕ ਥਾਪੜਾ ਹੀ ਬਖਸ਼ਿਆ ਨਾ ਮਹਾਰਾਜ ਨੇ, ਅਤੇ ਥਾਪੜੇ ਦੇ ਨਾਲ ਮਹਾਰਾਜ ਨੇ ਬੰਦੇ ਬੈਰਾਗੀ ਤੋਂ ਜਾਂ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਇਹ ਘਟਨਾ ਦਾ ਜ਼ਿਕਰ ਆਉਂਦਾ, ਕਹਿਣ ਲੱਗੇ, ਗੁਰਮੁਖ ਪਿਆਰੇ ਹੋਏ ਭਾਈ ਪ੍ਰਭ ਦਿਆਲ ਸਿੰਘ ਜੀ ਪਿਸ਼ੌਰ ਵਾਲੇ, ਅਤੇ ਇਹ ਬੈਰਿਸਟਰ ਦੀ ਨੌਕਰੀ ਕਰਿਆ ਕਰਦੇ, ਆਪਣਾ ਕਾਰਜ ਕਰਿਆ ਕਰਦੇ। ਸੋ ਕਹਿਣ ਲੱਗੇ, ਇਹਨਾਂ ਦੇ ਜਿਹੜੇ ਅੱਗੇ ਸੰਤਾਨ ਹੋਈ, ਉਹਨਾਂ ਦਾ ਨਾਮ ਹੈ ਰੁਚਾ ਰਾਮ ਜੀ, ਇਹਨਾਂ ਦੀ ਸੰਤਾਨ ਹੋਈ, ਅਤੇ ਕਹਿਣ ਲੱਗੇ ਵੀ ਉਹਨਾਂ ਨੇ ਇੱਕ ਵਾਰੀ ਇਹ ਬਚਨ
सुनाया किसी सिख नूं कहन लगे भी मैं किसी इलाके दे विच विचरदा पिया सी एबटाबाद नाम दा इलाका पाकिस्तान दे विच है भी उस इलाके विच मेरी नौकरी होई ते मैं उत्थे किसी काम वास्ते गया ते उत्थे एक बड़ा सोहना जिहड़ा पठान सी ना वो मिलिया ते उस पठान ने घटना सुनाई महाराज दे चमत्कार बारे ना एक पठान मिलिया एबटाबाद भाई रोचा राम जी आ दसिया कहन लगे भी उन्हें घटना सुनाई भी महाराजा रणजीत सिंह ने ना एक बारी कीर्तन सुनते पै सन ते कीर्तन सुनद्या सुनद्या ऐसा प्रेम मन विच पैदा होया मन विच सवाल पैदा होया भी गुरु गोबिंद सिंह महाराज दे जे किसी सिख ने दर्शन किए होण ते उह सिख लभना चाहीदा उहदे कोलों पुछिए भी महाराज कैसे सन ते महाराज ने ऐलान कर दिता पिंडां दे विच भी कोई ऐसा सिख होवे जिन्हें गुरु गोबिंद सिंह दा दीदारा कीता होवे ते ओह मैनूं मिले ते जदों ऐलान कीता ना ते कहन लगे भी एक निहंग सिंह उहदी उमरा उस वेले दसदे ने भी 115 साल दी सी जदों महाराजे रणजीत सिंह ने पुछिया ना कोई ऐसा सिख है जिन्हें गुरु गोबिंद सिंह दे दर्शन किए होण ते लभिया किसे पिंड विचों एक निहंग सिंह बाणी बाने वाला उमरा 115 साल दी है जदों लभिया ते महाराज ने अपनी पालकी भेजी भी मेरी पालकी विच बड़े सत्कार दे नाल बिठा के लियाओ ते बड़े सत्कार दे नाल उस निहंग सिंह नूं उस गुरमुख नूं बिठा के महाराजा रणजीत सिंह दे कोल लियांदा ते उस वेले महाराजे ने फिर गुरु गोबिंद सिंह महाराज दे दर्शनां दा हाल पुछिया भी महाराज किस तरह दे सन तो निहंग सिंह दसदा भी महाराज जीआं दा शरीर पतला सी ते कद दे महाराज चंगे जवान सन अते सतगुरु पातशाह दीआं अखां दे वल कोई अखां भर के नहीं सी वेख सकदा इन्ना उन्नीआं उन्हां दीआं अखां दे विच तेज प्रताप सी इन्ना नूर सी भी कोई व्यक्ति लगातार अपनीआं अखां महाराज दीआं अखां विच पा के वेख नहीं सी सकदा इन्नी चरणाहट जां कह लईए इन्नी ताकत उन्हां दे कृपा भरे नेत्रां दे विच है किहड़ा सिख है जिहड़ा महाराज दे नेत्रां दी ताब झले ऐसा नूर सी महाराज दे नेत्रां दे विच और चेहरे दे विच तो निहंग सिंह दसदा भी जदों असीं कदे महाराज दे चरणां ते मत्था टेकना ना ते साडा मत्था महाराज दे चरणां नूं लग जाणा जां साडा हथ लग जाणा हथ लगदिआं नाल चरणां दे नाल इस तरह झटका लगना जिवें मन लो बिजली दा झटका लगा है ते सारे शरीर दे विच चरणाहट छिर जानी इक्के वारी कंबणी धुनधुनी आउणी इक्के वारी ते अपने आप ही शरीर दे विचों जाप वाहे गुरु अपने आप ही शुरू हो जाना एक वारी आखिए सतनाम श्री वाहिगुरु ये दसदा भी ये कला मेरा हाल नहीं है जिन्हें महाराज दे सिख उस वेले महाराज दा ददारा कर दे ਉਹ ਸਾਰੇ ਇਹ ਬਚਨ ਕਰਿਆ ਕਰਦੇ ਵੀ ਜਦੋਂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਸਾਡਾ ਮੱਥਾ ਲੱਗਦਾ ਸੀਸ ਲੱਗਦਾ ਜਾਂ ਅਸੀਂ ਮਹਾਰਾਜ ਦੇ ਚਰਨਾਂ ਨੂੰ ਹੱਥਾਂ ਵਿੱਚ ਸਪਰਸ਼ ਕਰਦੇ ਹਾਂ ਅਤੇ ਮਹਾਰਾਜ ਸਾਹਿਬ ਜੀਆਂ ਦਾ ਸਰੀਰ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਬਿਜਲੀ ਦਾ ਜਾਂ ਕਰੰਟ ਦਾ ਬਣਿਆ ਹੋਵੇ ਇੱਕ ਝਟਕਾ ਦਿੰਦੇ ਝਰਨਾਹਟ ਛਿੜਦੀ ਹੈ ਔਰ ਇਹ ਇੱਕ ਦਿਨ ਦਾ ਕੰਮ ਨਹੀਂ ਜਦੋਂ ਵੀ ਕਿਤੇ ਦਰਸ਼ਨ ਕਰਨੇ ਉਦੋਂ ਹੀ ਇਹ ਬਖਸ਼ਿਸ਼ ਮਹਾਰਾਜ ਵਰਤਾਇਆ ਕਰਦੇ ऐसा महाराज जिया का कौतक है गुरमुखो वड्या भागा वाले जिन्हों महाराज का स्पर्श प्राप्त होया है ऐसे गुरमुख वड्या भागा वाले सो कह लगे भी इस तरह लगता सी भी जिमें महाराज का शरीर इस लोक का नहीं है साढ़े वर्गे जिमें असी आए हैं दुनिया से जन्म लैके महाराज का शरीर है ही नहीं इस लोक का जिमें इस धरती के इस ग्रह के ना रहन वाले होन इस तरह के उन्होंने शरीर में बख्शिश है ते सतगुरु पातशाह महाराज ही इस तरह चरनाहट छिड़ जाती जिहड़ा महाराज साहब जिया के पवित्र चरणा नू स्पर्श कर लैंदा कहन लगे ये बचन दसद्यां दसद्यां ना महाराजा रणजीत सिंह नू सुनाउंदिआं सुनाउंदिआं ते ओह निहंग सिंह जिहड़ा सी पूरे वैराग दे विच आ गया उहदे नेत्रां विचों जल वहन लग पिया ते गल उहदा रुक गया ਇਹ ਪਠਾਨ ਬੱਚਾ ਦੱਸਦਾ ਹੈ ਕਹਿਣ ਲੱਗਾ ਵੀ ਮੇਰਾ ਦਾਦਾ ਇਹ ਗੱਲ ਸੁਣਾਇਆ ਕਰਦਾ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਨਿਹੰਗ ਸਿੰਘ ਆਇਆ ਸੀ ਅਤੇ ਉਹਨੇ ਮਹਾਰਾਜ ਬਾਰੇ ਇਹ ਗੱਲ ਦੱਸੀ
ਅਤੇ ਬਾਅਦ ਵਿੱਚ ਉਹਦੀਆਂ ਅੱਖਾਂ ਵਿੱਚ ਇੰਨਾ ਜਲ ਵਿਆ, ਇੰਨਾ ਵੈਰਾਗ ਅਤੇ ਪ੍ਰੇਮ ਦੇ ਵਿੱਚ ਭਰ ਗਿਆ ਵੀ ਅੱਗੇ ਬੋਲ ਨਹੀਂ ਸਕਿਆ। ਇਹ ਪਠਾਨ ਬੱਚਾ ਕਹਿੰਦਾ, ਕਹਿਣ ਲੱਗਾ ਵੀ ਜਦੋਂ ਮੇਰਾ ਦਾਦਾ ਇਹ ਘਟਨਾ ਸਾਨੂੰ ਸੁਣਾਉਂਦਾ ਸੀ ਨਾ, ਅਤੇ ਮੇਰੇ ਦਾਦੇ ਦਾ ਵੀ ਇਹੋ ਹੀ ਹਾਲ ਹੋ ਜਾਂਦਾ ਸੀ। ਇੰਨੀ ਗੱਲ ਕਹਿ ਕੇ ਉਹਦਾ ਕੰਠ ਹੀ ਰੁਕ ਜਾਂਦਾ ਸੀ, ਅੱਗੇ ਬੋਲਿਆ ਨਹੀਂ ਸੀ ਜਾਂਦਾ, ਉਹਦੇ ਨੇਤਰ ਭਰ ਜਾਂਦੇ ਸਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੀ ਕਿਰਪਾ ਕਰਦੇ, ਜਿਹੜਾ ਵੀ ਮਹਾਰਾਜ ਦੇ ਨੇਤਰਾਂ ਨੂੰ ਤੱਕ ਲੈਂਦਾ ਉਹਦੇ ਨੇਤਰ ਭਰ ਜਾਂਦੇ। ਐਸੀਆਂ ਬਖਸ਼ਿਸ਼ਾਂ, ਇਹ ਅੱਖੀਂ ਡਿੱਠਾ ਜਾਂ ਹੱਡ ਵਰਤੀ ਗਵਾਹੀ ਹੈ। ਅੱਖੀਂ ਡਿੱਠਾ ਨਾ, ਜਿਹਨੇ ਵੇਖਿਆ, ਜਿਹਦੇ ਨਾਲ ਵਾਪਰੀ ਹੈ, ਉਹਦੀ ਆਪਣੀ ਇਹ ਗਵਾਹੀ ਹੈ। ਤੁਹਾਨੂੰ ਗ੍ਰੰਥਾਂ ਵਿੱਚ ਇਹ ਸਾਖੀ, ਇਹ ਕਹਾਣੀ ਮਿਲ ਜਾਏਗੀ। ਇਹ ਕੋਈ ਆਪਣੇ ਕੋਲੋਂ ਬਣਾਈ ਜਾਂ ਇੱਧਰੋਂ ਉੱਧਰੋਂ ਗੱਲ ਨਹੀਂ ਹੈ, ਇਹ ਗ੍ਰੰਥਕਾਰਾਂ ਨੇ ਲਿਖੀ ਹੈ ਵੀ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਕਿਰਪਾ ਕਰਦੇ। ਸੋ ਇਹ ਗਵਾਹੀ ਜਿਹੜੀ ਹੈ ਆਪਾਂ ਸਰਵਣ ਕੀਤੀ ਹੈ, ਮਹਾਰਾਜ ਦੀ ਮੌਜ ਹੈ। ਜਿਹਨੂੰ ਚਾਹੁਣ ਆਪਣੇ ਚਰਨਾਂ ਦਾ ਸਪਰਸ਼ ਦੇ ਦੇਣ, ਜਿਹਨੂੰ ਚਾਹੁਣ ਆਪਣੇ ਹੱਥ ਦਾ ਥਾਪੜਾ ਦੇ ਦੇਣ, ਔਰ ਜਿਹਨੂੰ ਚਾਹੁਣ ਆਪਣੇ ਤੀਰ ਕਮਾਣ ਦੇ ਨਾਲ ਵੀ ਮਹਾਰਾਜ ਥਾਪੜਾ ਦੇ ਦੇਣ, ਉਸੇ ਤੀਰ ਦੇ ਨਾਲ ਮਹਾਰਾਜ ਜੀ ਤੀਰ ਚਲਾਉਂਦੇ ਵੈਰੀ ਵਾਸਤੇ ਕਾਲ ਬਣ ਜਾਂਦੇ, ਉਸੇ ਹੀ ਕਮਾਣ ਦੇ ਨਾਲ ਸਿੱਖ ਨੂੰ ਥਾਪੜਾ ਦੇ ਕੇ ਅਤੇ ਮਹਾਰਾਜ ਸ਼ਾਂਤ ਰਸ ਬਖਸ਼ਿਸ਼ ਕਰ ਦਿੰਦੇ। ਇਹ ਮਹਾਰਾਜ ਦੀ ਸਮਰੱਥਾ ਹੈ, ਚਾਹੁਣ 'ਤੇ ਜੋ ਮਰਜ਼ੀ ਕਰ ਸਕਦੇ। ਲੜਕੀ ਨੇ ਪੁੱਛਿਆ, ਮਹਾਰਾਜ ਮੈਨੂੰ ਸਪਰਸ਼ ਹੱਥਾਂ ਦਾ ਕਿਉਂ ਨਹੀਂ ਕੀਤਾ, ਧਨੁੱਖ ਦਾ ਕਿਉਂ ਕੀਤਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਦੱਸਣ ਵਾਸਤੇ ਵੀ ਅਸੀਂ ਆਪਣੀ ਮੌਜ ਦੇ ਮਾਲਕ ਹਾਂ, ਜੋ ਅਸੀਂ ਆਪਣੇ ਹੱਥ ਦੇ ਨਾਲ ਕਮਾਲ ਕਰ ਸਕਦੇ ਹਾਂ, ਤੀਰ ਕਮਾਣ ਦੇ ਨਾਲ ਵੀ ਕਰ ਸਕਦੇ। ਇੱਕ ਵਾਰੀ ਆਖੀਏ ਸਤਨਾਮ ਵਾਹਿਗੁਰੂ। ਗੁਰਮੁਖੋ, ਵਿਦਵਾਨਾਂ ਨੇ ਹੋਰ ਵੀ ਕਈ ਕਾਰਨ ਲਿਖੇ, ਪਰ ਉਹ ਕਾਰਨ ਜਿਹੜੇ ਨੇ ਗੁਰਮਰਿਆਦਾ ਅਨੁਸਾਰ ਸਹੀ ਨਹੀਂ ਢੁੱਕਦੇ। ਇਹ ਜਿਹੜੀ ਵਿਚਾਰ ਇਹ ਠੀਕ ਹੈ ਕਿ ਮਹਾਰਾਜ ਮੌਜ ਦੇ ਮਾਲਕ ਨੇ, ਮਹਾਰਾਜੀਆਂ ਦਾ ਤੀਰ ਕਮਾਣ ਬਿੱਲੀ ਦੇ ਮੂੰਹ ਵਰਗਾ ਹੈ। ਬਿੱਲੀ ਬੱਚਿਆਂ ਨੂੰ ਜੀਵਨ ਦਾਨ ਦਿੰਦੀ, ਉਸੇ ਮੂੰਹ ਦੇ ਨਾਲ ਪਿਆਰ ਕਰਦੀ ਹੈ। ਚੂਹੇ ਵਾਸਤੇ ਕਾਲ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਨੁਸ਼ ਵੈਰੀਆਂ ਵਾਸਤੇ ਕਾਲ ਹੈ, ਸਿੱਖਾਂ ਦੇ ਉੱਪਰ ਬਖਸ਼ਿਸ਼ ਕਰਨ ਵਾਲਾ, ਮਿਹਰ ਕਰਨ ਵਾਲਾ ਮਹਾਰਾਜੀਆਂ ਦਾ ਧਨੁਸ਼ ਹੈ, ਜੋ ਚਾਹੁੰਦੇ ਸਤਿਗੁਰੂ ਕਿਰਪਾ ਕਰਦੇ ਹਨ। ਸਕਲ ਸੈਲ ਪਤਮ ਮੇਲ ਕਰ ਤੀਰਥ ਮੇਲੇ ਮਾਹੇ। ਸਾਰੇ ਜਿਹੜੇ ਰਾਜੇ ਸਨ ਪਹਾੜੀਏ ਰਿਵਾਲਸਰ ਦੀ ਧਰਤੀ 'ਤੇ, ਇਹਨਾਂ ਸਾਰਿਆਂ ਨੇ ਮਹਾਰਾਜ ਦੇ ਦਿਦਾਰੇ ਕੀਤੇ ਹਨ। ਦਾਨ ਮਹਾਨ ਇਸ਼ਨਾਨ ਤਨ ਬਹੁਤ ਠਾਨ ਚਿੱਤ ਲਾਹੇ। ਇੱਥੇ ਇਹਨਾਂ ਰਾਜਿਆਂ ਨੇ ਇਸ਼ਨਾਨ ਵੀ ਕੀਤਾ, ਕਿਉਂਕਿ ਰਿਵਾਲਸਰ ਨੂੰ ਤੀਰਥ ਮੰਨਿਆ ਜਾਂਦਾ ਵੀ ਇਹ ਜਲ ਦਾ ਸਰੋਤ ਹੈ। ਜਲ ਦਾ ਸਰੋਤ ਹੋਣ ਕਰਕੇ ਇੱਥੇ ਰਾਜਿਆਂ ਨੇ ਇਸ਼ਨਾਨ ਕੀਤਾ, ਮੰਗਤਿਆਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ ਗਿਆ, ਅਤੇ ਚਿੱਤ ਵਿੱਚ ਲਾਹਾ ਸਮਝ ਕੇ, ਕਿਉਂਕਿ ਰਾਜੇ ਵੀ ਅਤੇ ਰਾਜਪੂਤ ਹਿੰਦੂ ਨੇ ਨਾ, ਅਤੇ ਹਿੰਦੂ ਹੀ ਧਰਮ ਦਾ ਇਹ ਸਥਾਨ ਹੈ, ਧਾਰਮਿਕ ਸਥਾਨ ਆਪਣੇ ਧਰਮ ਦਾ ਜਾਣ ਕੇ, ਬੜਾ ਜ਼ਿਆਦਾ ਦਾਨ ਪੁੰਨ ਅਤੇ ਇਸ਼ਨਾਨ ਪਾਣ ਇੱਥੇ ਕੀਤੇ ਗਏ ਹਨ। ਚੌਪਈ ਕੰਚਨ ਜੀਨ ਤੁਰੰਗ ਸ਼ਿੰਗਾਰੇ, ਬੜੇ ਬੜੇ ਸੋਹਣੇ ਘੋੜੇ ਜਿਨ੍ਹਾਂ ਦੇ ਉੱਪਰ ਸੋਨੇ ਦੀਆਂ ਕਾਠੀਆਂ ਪਾਈਆਂ ਅਤੇ ਬੜੇ ਸ਼ਿੰਗਾਰੇ ਗਏ ਹਨ। ਕਿਨਹੂੰ ਮਤੰਗ ਦੀਏ ਮੁੱਲ ਭਾਰੇ, ਕਿਸੇ ਨੇ ਮਹਾਰਾਜ ਸਾਹਿਬ ਜੀਆਂ ਨੂੰ ਕਹਿਣ ਲੱਗੇ ਵੀ ਹਾਥੀ ਜਿਹੜੇ ਸਾਨੂੰ ਭੇਟ ਕੀਤੇ ਹਨ। ਬਸਤਰ ਸ਼ਸਤਰ ਔਰ ਦਰਬ ਵਿਸਾਲਾ, ਕਹਿਣ ਲੱਗੇ ਕਿਸੇ ਨੇ ਬਸਤਰ, ਕਿਸੇ ਨੇ ਮਹਿੰਗੇ ਸ਼ਸਤਰ ਮਹਾਰਾਜ ਜੀਆਂ ਨੂੰ ਭੇਟ ਕੀਤੇ। ਨਿਰਪਨ ਦਾਨ ਦੇ ਬਹੁਤ ਸਕਾਲਾ, ਕਹਿਣ ਲੱਗੇ ਵੀ ਰਾਜਿਆਂ ਨੇ ਉਸ ਵੇਲੇ ਬਹੁਤ ਦਾਨ ਕੀਤਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਸ ਸਥਾਨ 'ਤੇ ਰਾਜਿਆਂ ਨੇ ਜਦੋਂ ਇਸ਼ਨਾਨ ਕੀਤਾ, ਅਤੇ ਇਸ਼ਨਾਨ ਤੋਂ ਬਾਅਦ ਵਿੱਚ ਰਾਜੇ ਦਾਨ ਕਰਦੇ ਪਏ, ਕਿਸੇ ਨੇ ਘੋੜਾ, ਕਿਸੇ ਨੇ ਹਾਥੀ, ਕਿਸੇ ਨੇ ਸ਼ਸਤਰ, ਕਿਸੇ ਨੇ ਬਸਤਰ ਲੋਕਾਂ ਵਿੱਚ ਦਾਨ ਕੀਤੇ ਹਨ। ਕਰ ਕਰ ਮੇਲਾ ਬਸਤਰ ਤੀਨ, ਕਹਿਣ ਲੱਗੇ ਵੀ ਤਿੰਨ ਦਿਨ ਇਹ ਮੇਲਾ ਰਿਹਾ ਗੁਰਮੁਖੋ, ਉਸ ਵੇਲੇ ਤਿੰਨ ਦਿਨ ਇਹ ਰਿਵਾਲਸਰ ਦਾ ਮੇਲਾ ਇਹ ਰਾਜੇ ਵੇਖਦੇ ਮਨਾਉਂਦੇ ਰਹੇ ਹਨ। ਮੁਦਤ ਭਏ ਨਾਰੀ ਨਰ ਪੀਨ, ਅਤੇ ਜਿੰਨੇ ਮਨੁੱਖ ਅਤੇ ਇਸਤਰੀਆਂ ਨੇ ਸਾਰੇ ਮੇਲਾ ਵੇਖ ਕੇ ਬੜੇ ਖੁਸ਼ ਹੋਏ ਹਨ। ਰੁਖਸਦ ਹੇਤ ਗੁਰੂ ਟਿਗਿਆ, ਹੁਣ ਇਹ ਜਿਹੜੇ ਰਾਜੇ ਨੇ ਰੁਖਸਦ ਹੋਣ ਵਾਸਤੇ, ਵਿਦਾਇਗੀ ਲੈਣ ਵਾਸਤੇ ਆ ਗਿਆ ਮਹਾਰਾਜ ਦੇ ਕੋਲ ਵੀ, ਸਤਿਗੁਰੂ ਸਾਡੇ 'ਤੇ ਕਿਰਪਾ ਕਰਿਓ ਅਤੇ ਸਾਨੂੰ ਹੁਣ ਆਗਿਆ ਦਿਓ ਵੀ ਅਸੀਂ ਆਪੋ ਆਪਣੇ ਰਾਜ ਸਥਾਨ ਨੂੰ ਜਾਂ ਕਹਿ ਲਈਏ ਵੀ ਮਹਿਲਾਂ ਨੂੰ ਜਾਣ ਵਾਸਤੇ ਅਸੀਂ ਪ੍ਰਸਥਾਨ ਕਰੀਏ। ਸਭ ਕੋ ਸਿਰੋ ਪਾਓ ਪਹਿਰਾਏ, ਅਤੇ ਸਤਿਗੁਰੂ ਪਾਤਸ਼ਾਹ ਨੇ ਵੀ ਸਾਰਿਆਂ ਨੂੰ ਸਿਰੋ ਪਾਓ ਬਖਸ਼ਿਸ਼ ਕੀਤੇ। ਮਹਾਰਾਜ ਜੀਆਂ ਨੇ ਆਪਣੇ ਵੱਲੋਂ ਇਹਨਾਂ ਰਾਜਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ
ਕੁਝ ਭੇਟਾਵਾਂ ਗੁਰੂ ਘਰ ਵੱਲੋਂ ਬਖਸ਼ਿਸ਼ ਕੀਤੀਆਂ ਹਨ। ਹਰ ਕਰ ਨਵੋ ਨਿਕੇਤ ਸਿਧਾਰੇ, ਰਾਜੇ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਆਪੋ ਆਪਣੇ ਰਾਜ ਮਹਿਲਾਂ ਨੂੰ ਚੱਲ ਪਏ ਹਨ। ਮਗ ਮਹਿ ਗੁਰ ਕੋ ਸੁਜਸ ਉਚਾਰੇ, ਰਸਤੇ ਵਿੱਚ ਮਹਾਰਾਜ ਸਾਹਿਬ ਜੀਆਂ ਦਾ ਜਸ ਕਰਦਿਆਂ ਹੋਇਆਂ ਤੁਰੇ ਜਾ ਰਹੇ ਹਨ। ਨਿਜ ਨਿਜ ਨਗਰ ਪਹੁੰਚੇ ਜਾਏ, ਇਹ ਰਾਜੇ ਮੇਲਾ ਵੇਖ ਕੇ ਰਵਾਲ ਸਰਦਾ ਤੇ ਆਪੋ ਆਪਣੇ ਨਗਰਾਂ ਵਿੱਚ ਜਾ ਕੇ ਪਹੁੰਚ ਗਏ ਹਨ। ਪੂਰੀ ਕਾਮਨਾ ਪਿਕ ਸੁਖਦਾਈ, ਸਾਰਿਆਂ ਨੇ ਵੇਖਿਆ ਵੀ ਸਾਡੀਆਂ ਕਾਮਨਾਵਾਂ ਪੂਰੀਆਂ ਹੋਈਆਂ। ਕਿਤੇ ਮੇਲਾ ਵੇਖ ਲਿਆ, ਰਵਾਲ ਸਰ ਦਾ ਦੂਜਾ ਇਸ਼ਨਾਨ ਵੀ ਉੱਥੇ ਕਰ ਲਿਆ, ਤੀਜਾ ਅਸੀਂ ਦਾਨ ਵੀ ਉੱਥੇ ਕਰ ਲਿਆ ਨੇ, ਚੌਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵੀ ਮਿਲਾਪ ਹੋ ਗਿਆ, ਇਸ ਵਾਰੀ ਸਾਡਾ ਮੇਲਾ ਬੜਾ ਸਫਲਾ ਹੋਇਆ ਹੈ। ਕਲਗੀ ਧਰਤੈ ਰਹੇ ਪਿਛਾਰੇ, ਸਤਿਗੁਰੂ ਪਾਤਸ਼ਾਹ ਨਹੀਂ ਉੱਥੋਂ ਆਏ, ਰਾਜੇ ਤੇ 3 ਦਿਨ ਰਹਿ ਕੇ ਚਲੇ ਗਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਜਗ੍ਹਾ ਤੇ ਕੁਝ ਦਿਨ ਅਜੇ ਹੋਰ ਟਿਕੇ ਹਨ। ਮੱਜਨ ਠਾਣੇ ਤੀਰਥ ਬਾਰੀ, ਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਰਹਿੰਦੇ ਨੇ, ਵਿਚਰਦੇ ਨੇ, ਕਈ ਕਾਰਜ ਕਰਦੇ, ਕਿਉਂਕਿ ਇੱਥੋਂ ਦਾ ਜਿਹੜਾ ਰਾਜਾ ਹੈ ਨਾ ਰਵਾਲਸਰ ਦਾ, ਉਹ ਮਹਾਰਾਜ ਦਾ ਪ੍ਰੇਮੀ ਹੈ। ਉਹਨੇ ਬੇਨਤੀ ਕੀਤੀ ਮਹਾਰਾਜ ਨੂੰ ਵੀ ਸਤਿਗੁਰੂ ਆਪ ਜੀ ਇੱਥੇ ਕੁਝ ਸਮਾਂ ਰਹਿਣਾ ਕਰੋ। ਵਹਿਰ ਅਖੀਰ ਕਰੇ ਬਨਮਾਹੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੀ ਮੌਜ ਦੇ ਨਾਲ ਕਦੇ ਕਦੇ ਜੰਗਲ ਵਿੱਚ ਜਾਂਦੇ ਤੇ ਫਿਰ ਸ਼ਿਕਾਰ ਕਰਦੇ ਹਨ। ਸੈਲਨ ਸੈਲ ਕਰੇ ਅਬਗਾਹੀ, ਬੜੇ ਬੜੇ ਸੋਹਣੇ ਪਹਾੜ ਨੇ, ਰਮਣੀਕ ਜਗ੍ਹਾ, ਬੜੀ ਹਰਿਆਲੀ ਹੈ, ਸੋਹਣੇ ਫੁੱਲਦਾਰ ਬੂਟੇ, ਫਲਦਾਰ ਬੂਟੇ। ਮਹਾਰਾਜ ਜਦੋਂ ਮੌਜ ਕਰਦੀ ਹੈ, ਜਦੋਂ ਜੀ ਕਰਦਾ ਮਹਾਰਾਜ ਜੀ ਉਸ ਵੇਲੇ ਸੈਰ ਕਰਨ ਜਾਂਦੇ ਹਨ। ਜਾਤ ਅਨੇਕ ਤਰੋਬਰ ਠੰਡ, ਕਹਿਣ ਲੱਗੇ ਵੀ ਅਨੇਕਾਂ ਜਾਤਾਂ ਦੇ, ਨਸਲਾਂ ਦੇ ਰੁੱਖ ਜਿਹੜੇ ਨੇ ਉਹ ਪਹਾੜਾਂ ਦੇ ਵਿੱਚ ਨੇ। ਕੋਈ ਕਿਸੇ ਵੰਨਗੀ ਦਾ ਰੁੱਖ ਹੈ, ਕੋਈ ਕਿਸੇ ਵੰਨਗੀ ਦਾ ਰੁੱਖ ਹੈ, ਕੋਈ ਫਲਦਾਰ ਹੈ, ਕੋਈ ਫੁੱਲਦਾਰ ਹੈ, ਕੋਈ ਸੁਗੰਧੀ ਦੇਣ ਵਾਲਾ ਹੈ, ਕੋਈ ਕਿਸ ਤਰ੍ਹਾਂ ਦਾ ਹੈ। ਕਈ ਤਰ੍ਹਾਂ ਦੇ ਰੁੱਖ ਬੂਟੇ ਜੰਗਲ ਵਿੱਚ ਫੱਬੇ ਹੋਏ ਹਨ। ਦਲ ਫਲ ਸੰਕਲ ਛਾਇਆ ਗਾਢੇ, ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਕਿਸੇ ਰੁੱਖ ਦੇ ਪੱਤੇ ਬੜੇ ਨੇ, ਉਹਦੀ ਤਾਂ ਸ਼ੋਭਾ ਹੈ, ਕਿਸੇ ਰੁੱਖ ਨੂੰ ਫਲ ਲੱਗੇ ਹੋਏ ਉਹ ਤਾਂ ਬੜਾ ਸੋਹਣਾ ਲੱਗਦਾ, ਕਿਸੇ ਰੁੱਖ ਦੀ ਛਾਂ ਬੜੀ ਸੋਹਣੀ ਹੈ ਉਹ ਤਾਂ ਸੋਹਣਾ ਲੱਗਦਾ ਹੈ। ਚੜ੍ਹਕਰ ਦੂਰ ਸੁਚੇਤਾ ਕਰਹੀ, ਸੋ ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਇਹਨਾਂ ਜਿਹੜੇ ਸੋਹਣੇ ਥਾਂ ਹਨ ਉਹ ਵੇਖੇ ਜਾ ਰਹੇ ਹਨ। ਨਵੇਂ ਸਥਲ ਸੈਲਨ ਪਰ ਫਿਰ ਮਹਾਰਾਜ ਜੀ ਨਵੀਂ ਨਵੀਂ ਥਾਂ 'ਤੇ, ਜਿੱਥੇ ਅੱਜ ਸੈਰ ਕਰਨ ਗਿਆ ਕੱਲ੍ਹ ਨੂੰ ਉੱਥੇ ਨਹੀਂ ਜਾਣਾ, ਕੱਲ੍ਹ ਨੂੰ ਨਵੀਂ ਜਗ੍ਹਾ 'ਤੇ ਨਵੀਆਂ ਨਵੀਆਂ ਥਾਵਾਂ 'ਤੇ ਮਹਾਰਾਜ ਵਿਚਰਦੇ, ਨਵੀਂ ਥਾਂ 'ਤੇ ਘੁੰਮ ਫਿਰ ਕੇ ਬੜੇ ਖੁਸ਼ ਹੁੰਦੇ ਹਨ। ਇੱਕ ਦਿਨ ਦੂਰ ਗਏ ਜਗ ਸੁਆਮੀ, ਇੱਕ ਦਿਨ ਮਹਾਰਾਜ ਨੇ ਅੱਜ ਕੌਤਕ ਰਚਨਾ, ਅਤੇ ਕੌਤਕ ਬਣਾਉਣ ਵਾਸਤੇ ਮਹਾਰਾਜ ਨੇ ਐਵੇਂ ਸੁਭਾਵਕ ਹੀ ਤੁਰਦਿਆਂ ਤੁਰਦਿਆਂ ਰਵਾਲ ਸਰ ਤੋਂ ਕਾਫ਼ੀ ਦੂਰ ਚਲੇ ਗਏ। ਸੈਲ ਬਿਲੋਕਤ ਉਰਦ ਗਾਮੀ, ਮਹਾਰਾਜ ਨਾ ਪਹਾੜ ਵੇਖਦਿਆਂ, ਉਹ ਪਹਾੜ ਬੜਾ ਸੋਹਣਾ, ਉਹ ਪਹਾੜ ਬੜਾ ਸੋਹਣਾ, ਇਸ ਤਰ੍ਹਾਂ ਕਰਦਿਆਂ ਕਰਦਿਆਂ ਕਿਸੇ ਉੱਚੇ ਪਹਾੜ ਦੇ ਉੱਪਰ ਚੜ੍ਹ ਗਏ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਜਾਂਦੇ ਹਨ। ਮਾਲਵੀ ਹੀ ਪਰਬਤ ਕੋ ਨਾਮ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਸ ਪਰਬਤ ਦਾ ਨਾਮ ਮਾਲਵੀ ਹੀ ਹੈ। ਪਰਬਤ ਜਿਹੜੇ ਪਹਾੜ 'ਤੇ ਮਹਾਰਾਜ ਗਏ ਨਾ, ਜੇ ਕੌਤਕ ਨਵਾਂ ਮਹਾਰਾਜ ਨੇ ਕਰਨਾ ਹੈ, ਤਾਂ ਇਸ ਪਰਬਤ ਦਾ ਨਾਮ ਮਾਲਵੀ ਪਰਬਤ, ਜਿੱਥੇ ਮਹਾਰਾਜ ਗਏ ਹਨ। ਸ਼ਿਖਰ ਚਲੇ ਤਿਸ ਲੱਖ ਅਵਿਰਾਮੋ, ਅਤੇ ਸਤਿਗੁਰੂ ਪਾਤਸ਼ਾਹ ਜੀ ਸ਼ਿਖਰ 'ਤੇ ਚਲੇ ਗਏ, ਉੱਪਰ ਚੋਟੀ 'ਤੇ, ਜਦੋਂ ਪਹਾੜ ਦੀ ਚੋਟੀ 'ਤੇ ਥੋੜਾ ਪੱਧਰੀ ਜਗ੍ਹਾ ਬਣੀ ਹੋਈ ਹੈ ਬੜੀ ਸੋਹਣੀ, ਤੇ ਮਹਾਰਾਜ ਉੱਥੇ ਪਹੁੰਚ ਗਏ ਹਨ। ਸਰਬ ਸੰਗ ਤੇ ਬਰਜ ਹਟਾਏ, ਮਹਾਰਾਜ ਦੇ ਨਾਲ ਜਿੰਨੇ ਸਿੰਘ ਸਨ ਸ਼ਸਤਰਧਾਰੀ, ਸਤਿਗੁਰਾਂ ਨੇ ਹੁਕਮ ਕੀਤਾ, ਕਹਿਣ ਲੱਗੇ ਭਾਈ ਸਾਰੇ ਹੀ ਚਲੇ ਜਾਓ, ਸਾਡੇ ਨਾਲ ਕੋਈ ਨਾ ਹੋਵੇ। ਸਾਰਿਆਂ ਨੂੰ ਜਾਣ ਦਾ ਹੁਕਮ, ਜਾਂ ਪਿੱਛੇ ਮੁੜਨ ਦਾ ਹੁਕਮ, ਜਾਂ ਕਹਿ ਲਈਏ ਪਿੱਛੇ ਖੜਨ ਦਾ ਹੁਕਮ ਦੇ ਦਿੱਤਾ ਵੀ ਇਸ ਤੋਂ ਗਾਹ ਹੁਣ ਤੁਸੀਂ ਨਹੀਂ ਆਉਣਾ ਹੈ। ਸਾਰਿਆਂ ਸਿੱਖਾਂ ਨੂੰ ਮਹਾਰਾਜ ਨੇ ਵਰਜ ਦਿੱਤਾ, ਰੋਕ ਦਿੱਤਾ ਹੈ। ਥਿਰੇ ਰਹੋ ਨਤ ਸਵਰ ਸਿਧਾਏ, ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਕਹਿਣ ਲੱਗੇ ਖਾਲਸਾ ਜੀ ਜਾਂ ਤਾਂ ਇੱਥੇ ਟਿਕੇ ਰਹੋ, ਅਤੇ ਜੇ ਤੁਹਾਡਾ ਇੱਥੇ ਨਹੀਂ ਮਨ ਲੱਗਦਾ ਤਾਂ ਫਿਰ ਵਾਪਸ ਚਲੇ ਜਾਓ, ਜਿੱਥੇ ਆਪਣਾ ਤੰਬੂ ਆਪਾਂ ਲਾਇਆ ਨਾ, ਜਿੱਥੇ ਆਪਣਾ ਟਿਕਾਣਾ ਰਵਾਲ ਸਰ, ਜਿੱਥੇ ਆਪਣਾ ਡੇਰਾ। ਜੀ ਕਰਦਾ ਤਾਂ ਡੇਰੇ ਚਲੇ ਜਾਓ, ਉੱਥੇ ਜਾ ਕੇ ਆਰਾਮ ਕਰੋ, ਜੀ ਕਰਦਾ ਤਾਂ ਇੱਥੇ ਖੜ੍ਹੇ ਰਹੋ, ਪਰ ਇੱਥੋਂ ਅੱਗੇ ਨਹੀਂ ਆਉਣਾ, ਇਹ ਸਾਡਾ ਵਚਨ ਮੰਨ ਲੈਣਾ ਕਰੋ। ਪੰਜ ਸਿੰਘ ਨਿਜ ਸਾਥ ਮਿਲਾਏ, ਕੇਵਲ ਸਾਡੇ ਨਾਲ 5 ਸਿੰਘ ਜਾਣਗੇ, 5 ਤੋਂ ਬਾਅਦ 6ਵਾਂ ਨਹੀਂ ਜਾਏਗਾ, ਇਹ ਸਾਡਾ ਵਚਨ ਹੈ। ਕੇਵਲ ਇੱਥੋਂ ਅੱਗੇ ਅਸੀਂ ਜਾਣਾ, ਕੋਈ ਕਾਰਜ ਇਹੋ ਜਿਹਾ ਕਰਨਾ, ਕੇਵਲ ਸਾਡੇ ਨਾਲ 5 ਸਿੰਘ ਜਾਣਗੇ, 5 ਤੋਂ ਬਿਨਾਂ ਬਾਕੀ ਦੀ ਫੌਜ ਵਾਪਸ ਡੇਰੇ ਚਲੇ ਜਾਵੇ। ਜੇ ਇੱਥੇ ਸਾਡੀ ਉਡੀਕ ਕਰਨੀ ਹੈ ਤਾਂ ਇੱਥੇ ਖੜ ਜਾਓ, ਜਾਂ ਵਾਪਸ ਜਾਣਾ ਕਰੋ। ਤਿਨਕੇ ਨਾਮ ਸੁਣੋ ਹਰ ਖਾਏ, ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਗੁਰੂ ਖਾਲਸਾ ਜੀ, ਮੈਂ ਤੁਹਾਨੂੰ ਉਹਨਾਂ 5 ਸਿੰਘਾਂ ਦੇ ਨਾਮ ਦੱਸ ਹੀ ਦਿੰਦਾ ਜਿਹੜੇ ਮਹਾਰਾਜ ਨੇ ਨਾਲ ਲੈ ਨਾ, 5 ਜਾਣੇ, 5 ਸਿੰਘ, ਉਹਨਾਂ ਦੇ ਨਾਮ ਤੁਹਾਨੂੰ ਦੱਸੀਏ,
ਉਹਨਾਂ ਦੇ ਨਾਮ ਦੀ ਬੜੀ ਬਰਕਤ ਹੈ, ਜਿਹੜਾ ਨਾਮ ਲੈਂਦਾ ਉਹ ਪ੍ਰਸੰਨ ਹੋ ਜਾਂਦਾ ਹੈ। ਦਇਆ ਸਿੰਘ ਪੂਰਨ ਬ੍ਰਹਮ ਗਿਆਨੀ ਇੱਕ ਮਹਾਰਾਜ ਦੇ ਨਾਲ ਸਿੱਖ ਭਾਈ ਦਇਆ ਸਿੰਘ ਜੀ, ਜਿਹੜੇ ਪੰਜਾਂ ਪਿਆਰਿਆਂ ਦੀ ਸੇਵਾ ਜਿਨ੍ਹਾਂ ਨੇ ਸੀਸ ਆਪਣਾ ਭੇਟ ਕੀਤਾ ਮਹਾਰਾਜ ਜੀਆਂ ਨੂੰ, ਐਸਾ ਕਹਿਣਾ ਬਚਨ ਮੰਨਣ ਵਾਲੇ ਭਾਈ ਦਇਆ ਸਿੰਘ ਜੀ ਮਹਾਰਾਜ ਦੇ ਨਾਲ ਹਨ। ਉਦੇ ਸਿੰਘ ਜੋਧਾ ਬਲਖਾਨੀ ਅਤੇ ਦੂਜਾ ਭਾਈ ਉਦੈ ਸਿੰਘ, ਇਹ ਬੜਾ ਵੱਡਾ ਸੂਰਮਾ ਹੈ। ਕੇਸਰੀ ਚੰਦ ਰਾਜਾ ਹਾਥੀ ਲੈ ਕੇ ਆਇਆ, ਲੋਹਗੜ੍ਹ ਦਾ ਕਿਲ੍ਹਾ ਦਾ ਦਰਵਾਜ਼ਾ ਭੰਨਣਾ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋਇਆ, ਕਹਿਣ ਲੱਗੇ ਹਾਥੀ ਨੂੰ ਤਾਂ ਬਚਿੱਤਰ ਸਿੰਘ ਮਾਰੇਗਾ ਪਰ ਭਾਈ ਉਦੈ ਸਿੰਘ ਜੀ ਤੂੰ ਉਹਨੂੰ ਮਾਰਨਾ ਜਿਹੜਾ ਹਾਥੀ ਲੈ ਕੇ ਆਇਆ। ਕੌਣ ਲੈ ਕੇ ਆਇਆ? ਕੇਸਰੀ ਚੰਦ। ਕੇਸਰੀ ਚੰਦ ਨੂੰ ਜੰਗ ਮੈਦਾਨ ਵਿੱਚ ਮਾਰਨਾ, ਇਕੱਲਾ ਮਾਰਨਾ ਨਹੀਂ, ਉਹਦਾ ਸਿਰ ਵੀ ਵੱਢ ਕੇ ਲੈ ਕੇ ਆਉਣਾ ਅਨੰਦਪੁਰ ਸਾਹਿਬ। ਅਤੇ ਭਾਈ ਉਦੈ ਸਿੰਘ ਐਡੇ ਬਹਾਦਰ ਸਨ ਵੀ ਉਹਨਾਂ ਨੇ ਜੰਗ ਦੇ ਵਿੱਚ ਜਾ ਕੇ ਰਾਜੇ ਦਾ ਸਿਰ ਵੱਢਿਆ ਅਤੇ ਬਰਸ਼ੇ 'ਤੇ ਟੰਗ ਕੇ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਸਿਰ ਸੁੱਟਿਆ ਕੇਸਰੀ ਚੰਦ ਦਾ। ਐਸੀ ਬਹਾਦਰੀ ਵਿਖਾਉਣ ਵਾਲੇ ਮਹਾਰਾਜ ਜੀਆਂ ਦੇ ਇਹ ਸਿੱਖ ਨਾਮ ਭਾਈ ਉਦੈ ਸਿੰਘ ਹੈ। ਆਲਮ ਸਿੰਘ ਚਰਨ ਸੋ ਚਾਲੇ, ਇਸੇ ਤਰ੍ਹਾਂ ਭਾਈ ਆਲਮ ਸਿੰਘ ਜੀ ਇਹ ਵੀ ਨਾਲ ਨੇ, ਬੜੇ ਵੱਡੇ ਸੂਰਮੇ ਨੇ, ਜੰਗ ਦੇ ਵਿੱਚ ਭਾਰੀ ਕੌਤਕੇ ਦਿਖਾਉਂਦੇ ਹਨ। ਮੋਹਕਮ ਸਿੰਘ ਮਿਲਾਏ ਸੋ ਨਾਲੇ, ਅਤੇ ਚੌਥਾ ਸਿੱਖ ਮਹਾਰਾਜ ਦੇ ਨਾਲ ਭਾਈ ਮੋਹਕਮ ਸਿੰਘ ਜੀ ਹਨ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਨਿਭਾਈ ਹੈ, ਸੀਸ ਭੇਟ ਕੀਤਾ ਪੰਜਾਂ ਪਿਆਰਿਆਂ ਵਿੱਚ, ਜਿਨ੍ਹਾਂ ਦਾ ਨਾਮ ਆਉਂਦਾ ਉਹ ਭਾਈ ਮੋਹਕਮ ਸਿੰਘ, ਚੌਥੇ ਨੇ ਮਹਾਰਾਜ ਜੀਆਂ ਦੇ ਨਾਲ ਹਨ। ਸਾਹਿਬ ਸਿੰਘ ਤੁਫੰਗ ਸੰਭਾਰੀ, ਪੰਜਵਾਂ ਸਿੰਘ ਮਹਾਰਾਜ ਦੇ ਨਾਲ ਭਾਈ ਸਾਹਿਬ ਸਿੰਘ ਹੈ, ਇਹ ਵੀ ਪੰਜਾਂ ਪਿਆਰਿਆਂ ਵਿੱਚ ਲੱਗਣ ਵਾਲੇ ਨੇ, ਇਹਨਾਂ ਨੇ ਵੀ ਆਪਣਾ ਸੀਸ ਭੇਟ ਕੀਤਾ। ਭਾਈ ਸਾਹਿਬ ਸਿੰਘ ਨੂੰ ਜਦੋਂ ਮਹਾਰਾਜ ਨੇ ਆਖਿਆ ਨਾ ਭਾਈ ਸਾਹਿਬ ਸਿੰਘ ਤੁਸੀਂ ਨਾਲ ਸਾਡੇ ਜਾਣਾ, ਅਤੇ ਭਾਈ ਸਾਹਿਬ ਸਿੰਘ ਨੇ ਉਸ ਵੇਲੇ ਆਪਣੇ ਹੱਥਾਂ ਵਿੱਚ ਬੰਦੂਕ ਫੜ ਲਈ ਅਤੇ ਉਹਦੇ ਵਿੱਚ ਗੋਲੀਆਂ ਪਾ ਕੇ ਅਤੇ ਬੰਦੂਕ ਨੂੰ ਚੰਗੀ ਤਰ੍ਹਾਂ ਲੋਡ ਕਰ ਲਿਆ, ਬੰਦੂਕ ਸੰਭਾਲ ਲਈ ਹੱਥਾਂ ਵਿੱਚ ਵੀ ਮਹਾਰਾਜ ਦੇ ਨਾਲ ਜਾਣਾ ਕੋਈ ਵੀ ਕੰਮ ਹੋ ਸਕਦਾ ਹੈ। ਇਸ ਤਰ੍ਹਾਂ ਪੰਜ ਸਿੰਘ ਮਹਾਰਾਜ ਦੇ ਨਾਲ ਜਾਣ ਵਾਸਤੇ ਤਿਆਰ ਹੋਏ ਹਨ। ਚੋ ਗਮਨੇ ਗੁਰੂ ਪਿਛਾਰੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਅੱਗੇ ਆਪਣੀ ਮੌਜ ਦੇ ਨਾਲ ਤੁਰੇ ਜਾਂਦੇ ਅਤੇ ਪਿੱਛੇ ਪਿੱਛੇ ਇਹ ਪੰਜ ਸਿੰਘ ਮਹਾਰਾਜ ਦੇ ਤੁਰੇ ਜਾਂਦੇ ਹਨ। ਦਾਸਨ ਕੋ ਦੇ ਤੁਰੰਗ ਹਟਾਏ, ਬਾਕੀ ਜਿਹੜੇ ਸੇਵਾਦਾਰ ਸਨ ਸਾਰਿਆਂ ਨੂੰ ਆਖਿਆ ਜਾਂ ਤਾਂ ਇੱਥੇ ਬੈਠ ਜਾਓ ਜਾਂ ਪਿੱਛੇ ਜਿੱਥੇ ਆਪਣਾ ਪੜਾਅ ਹੈ ਉੱਥੇ ਚਲੇ ਜਾਓ। ਇਹ ਘੋੜੇ, ਇਹ ਸਾਜੋ ਸਮਾਨ ਜੋ ਵੀ ਆਪਾਂ ਲੈ ਕੇ ਆਏ ਹਾਂ ਸਾਰਾ ਵਾਪਸ ਲੈ ਜਾਓ। ਇਸ ਤਰ੍ਹਾਂ ਮਹਾਰਾਜ ਜੀ ਸਾਰਿਆਂ ਨੂੰ ਮੋੜ ਦਿੰਦੇ ਹਨ। ਪੂਰਨ ਸਾਥ ਸਿਧਾਏ, ਅਤੇ ਸਤਿਗੁਰੂ ਜੀ ਬੜੀ ਕਾਹਲੀ ਦੇ ਨਾਲ, ਬੜੀ ਛੇਤੀ ਦੇ ਨਾਲ ਆਪਣੇ ਚਰਨਾਂ ਦੇ ਨਾਲ ਹੀ ਤੁਰਨ ਲੱਗ ਪਏ, ਅਤੇ ਜਿੱਧਰ ਨੂੰ ਮਹਾਰਾਜ ਤੁਰੇ ਜਾਂਦੇ ਪੈਦਲ, ਮਗਰ ਮਗਰ ਇਹ ਪੰਜ ਸਿੱਖ ਵੀ ਬੜੀ ਛੇਤੀ ਦੇ ਨਾਲ ਮਹਾਰਾਜ ਦੇ ਪਿੱਛੇ ਤੁਰੇ ਜਾਂਦੇ ਹਨ। ਸਥਲ ਚੜ੍ਹ ਕੇ ਗੁਰਖਰੇ, ਅਤੇ ਸਤਿਗੁਰੂ ਪਾਤਸ਼ਾਹ ਜੀ ਉਸ ਪਹਾੜ ਦੀ ਹੁਣ ਬਿਲਕੁਲ ਅਖੀਰਲੀ ਚੋਟੀ ਦੇ ਉੱਪਰ ਚੜ੍ਹ ਗਏ, ਅਤੇ ਚੋਟੀ ਦੇ ਉੱਪਰ ਚੜ੍ਹ ਕੇ ਮਹਾਰਾਜ ਨੇ ਦੂਰ ਤੱਕ ਨਿਗਾਹ ਮਾਰੀ, ਸੱਜੇ ਖੱਬੇ ਨਿਗਾਹ ਮਾਰ ਕੇ, ਅਤੇ ਮਹਾਰਾਜ ਉੱਥੇ ਖੜ੍ਹੇ ਹੋ ਗਏ ਹਨ। ਚਾਰੋਂ ਦਿਸ਼ਾ ਬਿਲੋਕਨ ਕਰੇ, ਅਤੇ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਉੱਤਰ ਵਾਲੇ ਪਾਸੇ ਵੇਖਿਆ ਕੋਈ ਨਹੀਂ ਦਿਸਿਆ, ਫਿਰ ਦੱਖਣ ਵਾਲੇ ਪਾਸੇ ਵੇਖਿਆ ਕੋਈ ਨਹੀਂ, ਪੂਰਬ ਵਾਲੇ ਪਾਸੇ, ਪੱਛਮ ਵਾਲੇ ਪਾਸੇ, ਚਾਰੇ ਦਿਸ਼ਾਵਾਂ ਦੇ ਵੱਲ ਵਾਰੀ ਵਾਰੀ ਮਹਾਰਾਜ ਨੇ ਮੂੰਹ ਕੀਤਾ, ਵੇਖਦੇ ਪਏ ਪਰ ਕੋਈ ਵੀ ਕਿਸੇ ਪਾਸੇ ਨਹੀਂ ਹੈ। ਤਹਿ ਇੱਕ ਵਿਚਰਤ ਹੁਤੋ ਗੰਦੀ ਲਾ, ਕਹਿਣ ਲੱਗੇ ਵੀ ਇੱਥੇ ਇੱਕ ਵਿਅਕਤੀ ਵਿਚਰਦਾ ਪਿਆ ਹੈ। ਗੰਦੀਲਾ ਗੁਰਮੁਖੋ ਇੱਕ ਜੰਗਲੀ ਜਾਤੀ ਦਾ ਨਾਮ ਹੈ। ਗੰਦੀਲਾ ਉਹਨੂੰ ਤਾਂ ਕਿਹਾ ਵੀ ਜੰਗਲ ਦੇ ਵਿੱਚ ਇੱਕ ਜਾਤ ਹੈ, ਉਹਨਾਂ ਨੂੰ ਗੰਦੀਲਾ ਕਿਹਾ ਜਾਂਦਾ। ਕੋਈ ਜੰਗਲ ਦਾ ਵਿਅਕਤੀ ਉੱਥੇ ਵਿਚਰਦਾ ਪਿਆ ਹੈ, ਅਤੇ ਕਈਆਂ ਵਿਦਵਾਨਾਂ ਨੇ ਲਿਖਿਆ ਵੀ ਉਹਨੂੰ ਗੰਦੀਲਾ ਤਾਂ ਲਿਖਿਆ ਵੀ ਉਹ ਗਧੇ ਹੱਕਣ ਵਾਲਾ ਸੀ, ਗਧਿਆਂ ਨੂੰ ਹੱਕਣ ਵਾਲਾ ਗੰਦੀਲਾ। ਗੰਦੀਲਾ ਸ਼ਬਦ ਦੇ ਵੱਖਰੇ ਵੱਖਰੇ ਅਰਥ ਕੀਤੇ ਵੀ ਜਿਹੜਾ ਵਿਅਕਤੀ ਮਹਾਰਾਜ ਨੂੰ ਮਿਲਿਆ, ਕੋਈ ਆਖਦੇ ਵੀ ਗੰਦੀਲਾ ਨੂੰ ਤਾਂ ਕਿਹਾ ਜਾਂਦਾ ਵੀ ਉਹ ਗਧੇ ਹੱਕਦਾ ਪਿਆ ਸੀ, ਕਿਸੇ ਨੇ ਆਖਿਆ ਵੀ ਨਹੀਂ ਗੰਦੀਲਾ ਇੱਕ ਪਹਾੜੀ ਲੋਕਾਂ ਦੇ ਵਿੱਚ ਇੱਕ ਜਾਤ ਹੁੰਦੀ ਹੈ ਵੀ ਉਸ ਜਾਤ ਦਾ ਵਿਅਕਤੀ ਹੈ, ਅਤੇ ਕਿਸੇ ਨੇ ਇਹ ਵੀ ਲਿਖਿਆ ਵੀ ਗੰਦੀਲਾ ਕਹਿੰਦੇ ਗਰੀਬ ਕੰਗਾਲ ਨੂੰ, ਜਿਹਨੂੰ ਕੋਈ ਥਾਂ ਟਿਕਾਣਾ ਨਾ ਮਿਲਦਾ ਹੋਵੇ, ਜੰਗਲ ਵਿੱਚ ਤੁਰਿਆ ਫਿਰੇ, ਵੀ ਉਹ ਕੋਈ ਗਰੀਬ ਸੀ ਜਿਹੜਾ ਜੰਗਲ ਵਿੱਚ ਵਿਚਰਦਾ ਪਿਆ ਉਹ ਮਿਲਿਆ, ਅਤੇ ਕਿਸੇ ਨੇ ਆਖਿਆ ਵੀ ਗੰਦੀਲਾ ਕਹਿੰਦੇ ਨੇ ਗੰਧਰਵ ਦੇਵਤਿਆਂ ਦੇ ਵੱਲੋਂ ਭੇਜਿਆ ਗਿਆ ਕੋਈ ਵਿਅਕਤੀ। ਇਹ ਚਾਰ ਕਾਰਨ ਲਿਖੇ ਨੇ, ਚਲੋ ਕੋਈ ਵੀ ਹੋਵੇ, ਕਹਿਣ ਤੋਂ ਭਾਵ ਵੀ ਇੱਕ ਬੰਦਾ ਮਹਾਰਾਜ ਨੂੰ ਜੰਗਲ ਵਿੱਚ ਮਿਲਿਆ ਹੈ। ਕਹਿਓ ਨਿਹਾਰਨ ਰੂਪ ਛਬੀਲਾ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਉਸਦੇ ਵੱਲ ਵੇਖਿਆ ਹੈ। ਸ਼ੀਘਰ ਕਰਤ ਚਰਨਨ ਪਰ ਪਰਿਓ, ਜਾਂ ਕਹਿ ਲਈਏ ਜਦੋਂ ਉਸ ਗੰਧੀਲੇ ਵਿਅਕਤੀ ਨੇ ਮਹਾਰਾਜ ਦਾ ਸੋਹਣਾ ਰੂਪ ਦੇਖਿਆ,
छेती नाल महाराज के चरणों ते उन्हें मत्था टेकया। वह समझ गया भी ये कोई आम व्यक्ति नहीं, ये कोई कार्ज करन वास्ते आए ने, कोई रमज है। जान ते नहीं सकया पर महाराज के चरणों ते उसने बड़ी छेती मत्था टेकया है। हाथ जोड़ सन्मुख पुन खरे, उस वेले हाथ जोड़ के महाराज के सामने खड़ गया। मत्था टेकन तो बाद विच खड़ा हो गया ते महाराज के अगे हाथ जोड़ के सामने पातशाह दे खड़ा होया है। देखत कलगी धर कै बानी, सतगुरु पातशाह महाराज दियां ने वेख्या ना इस गंधीले दे वल, जिस दी गंधीला जात लिखी है लोगों ने भी पहाड़ी जात हो सकती है गंधीला, जां कह लईए भी उह गधे अकल, कोई भी उह गंधीला व्यक्ति जिहड़ा मिलिया जंगल विच, महाराज उहदे वल वेख के ते बचन कीता। सतगुरु कहन लगे उह गंधीलिया साडा बचन सुन ध्यान दे नाल ते इस बचन दा सानू जवाब देना कर। जानतै बंदर ठानी, महाराज कहन लगे पहला ये दस भी तू सानू मथा क्यों टेकया, तू सानू की जानिया है भी असी कोई राजे हाँ जां कोई असी आम व्यक्ति हाँ जां कोई अवतार हाँ जां कोई पैगंबर हाँ, तू सानू मथा टेकया, तेनू असी पहला नहीं मिले ते तू सानू पहला नहीं कदे मिले, तेनू असी पहली बार मिले हाँ, तू सानू मत्था टेकया है, पर टेकया क्यों, उहदा कारण की है, तू सानू समझिया की है, सानू तू की जानदा है, तू मत्था टेकया उहदा कारण दसना कर। वो है कहां बास सच पाखो, दूजा बचन यह भी तू है कौन, तू तो सानू मत्था टेकया है, वह तो दस भी टेकया भी क्यों सानू तू की जाने, पर साडा सवाल यह है भी तू कौन है, असी तो तेनू जानते नहीं, ये भी दस भी तू है कौन। अगला बचन साडा यह है भी तेरा वासा कित्थे है, किहड़े पिंड दा रहण वाला, किहड़े ग्रां दा रहण वाला, कित्थों दे रहण वाला, कित्थों आया, किधर चलिया, कहां वासा तेरा वासा कित्थे है, सच भाखो सच कहना झूठ नहीं कहना, सच्ची दस भी कारण की है। आए कहां कत गमन पिलाखो, ते सतगुरु पातशाह जी पुछया कहन लगे तू आया कित्थों है, इस पास्यों आउंदा तैनू वेख्या पर यह रस्ता किधरों आउंदा, तू किहड़े पिंडों आया, जंगल विचों कित्थों आया, ये सानू दस आया कित्थों है। अगला बचन है तू जाना कित्थे है, इस पासे नू तुरिया जांदा इधर नू ते जंगल है, तू चलिया कित्थे है, आउण दा कारण और कित्थे चलिया उहदे जाण दा कारण दस, तेरा पिंड किहड़ा है, कित्थे जम्मिया है, सानू मत्था क्यों टेकया, सानू की समझिया है, ये साडे सवाल ने, इन्हां सवालों का जवाब दे कारण की है। जदों उस गंधीले व्यक्ति नू महाराज ने सवाल किए हन, सुन कर भन्यो बाक मुस्काई, उस वेले वो सुन के महाराज दियां गल्लां ते हस पिया, क्योंकि वह जानदा रमज नू भी सतगुरु रमज जानदे ने, मैं भी रमज जानदा हाँ, ये तो एक दुनिया के सामने रूप वटाया होया है। महाराज का सवाल सुन के तो मुस्कुराया, हसया, तो फिर कहन लगा है क्यों ना पछाण तो हो सुखदाई, कहन लगा सतगुरु तुसी मैनू ये सवाल किया भी मैं हाँ कौन, तुसी मैनू ये सवाल किया है कि मेरा वासा कित्थे है, तुसी मैनू ये सवाल करते हो भी मैं तुहानू मथा क्यों टेकया, ते तुसी मैनू ये भी पुछया भी मैं कित्थों आया ते मैं कित्थे जाना, कि सतगुरु तुहानू भी दसण दी लोड़ है, तुसी ते अंतरजामी हो, तुसी ते जानदे हो सब कुछ, फिर तुसी मैनू सवाल पुछे भी दस, मैनू ते सवाल सुन के तां हस आया भी सतगुरु तुसी जानी जान हो। धन गुरु गोबिंद सिंह महाराज कहन लगे नहीं असी तेरी जबानों सुनना चाहुंदे, अपने मूहों बोल के दस। ये गंधीला व्यक्ति महाराज नू की दसेगा अपना अता पता और कारण की है, महाराज इत्थे किहड़ा चूज करन लगे कौतक, वो आपां कल दे दीवान विच सरवण करांगे। सतगुरु गुरु गोबिंद सिंह महाराज दियां दे चार साहिबजादे, सो उन्हां दे विचों धन धन बाबा जोरावर सिंह जी, उन्हां दा सानू जन्म दिहाड़ा प्राप्त हो रहा है। विद्वाना ने लिखिया बाबा जोरावर सिंह जी, माता जीतो जी और धन गुरु गोबिंद सिंह महाराज जिया के पुत्र सन, माता सुंदरी जिया का एको ही पुत्र है बाबा अजीत सिंह,
ਦੂਜੇ ਤਿੰਨ ਪੁੱਤਰ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਜੀਤੋ ਜੀਆਂ ਦੇ ਪੁੱਤਰ, ਜਾਂ ਕਹਿ ਲਈਏ ਵੀ ਇਹ ਮਾਤਾ ਜੀਤੋ ਜੀ ਦਾ ਦੂਸਰਾ ਪੁੱਤਰ ਹੈ। ਇਹਨਾਂ ਦਾ ਅਵਤਾਰ, ਇਹਨਾਂ ਦਾ ਜਨਮ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਪਿਤਾ ਗੁਰੂ ਗੋਬਿੰਦ ਸਿੰਘ, ਔਰ 1696 ਲਿਖਿਆ ਹੈ ਇਹਨਾਂ ਦੇ ਜਨਮ ਦਾ ਸਮਾਂ, 1696। ਔਰ 1705 ਦੇ ਵਿੱਚ ਇਹਨਾਂ ਦੀ ਸ਼ਹਾਦਤ ਹੁੰਦੀ ਹੈ। 9 ਸਾਲ ਦੀ ਉਮਰਾਂ ਪਰਮੇਸ਼ਰ ਦੇ ਵੱਲੋਂ ਬਖਸ਼ਿਸ਼ ਹੋਈ, ਪ੍ਰਾਪਤ ਹੋਈ, ਔਰ 9 ਸਾਲ ਦੀ ਉਮਰਾਂ ਦੇ ਵਿੱਚ ਇਹਨਾਂ ਨੇ ਏਡਾ ਵੱਡਾ ਸਾਕਾ ਜਾਂ ਕਹਿ ਲਈਏ ਇਤਿਹਾਸ ਰਚਿਆ। ਸਰਹੰਦ ਆਪਣੇ ਨੇੜੇ ਹੀ ਹੈ, ਫਤਿਹਗੜ੍ਹ ਸਾਹਿਬ, ਉਹ ਨੀਹਾਂ ਦੇ ਵਿੱਚ ਚਿਣ ਕੇ ਬਾਬਾ ਜੋਰਾਵਰ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। 9 ਸਾਲ ਦੀ ਉਮਰਾਂ ਦੇ ਵਿੱਚ ਏਡੀ ਵੱਡੀ ਕੁਰਬਾਨੀ ਕੀਤੀ ਬਾਬਾ ਜੋਰਾਵਰ ਸਿੰਘ ਜੀਆਂ ਨੇ। ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪੁੱਤਰ ਨੇ, ਮਾਤਾ ਜੀਤੋ ਜੀ ਇਹਨਾਂ ਨੂੰ ਜਨਮ ਦੇਣ ਵਾਲੀ ਮਾਂ ਹੈ। ਐਸੇ ਮਾਤਾ ਪਿਤਾ ਨੇ ਐਸੇ ਸੂਰਮੇ ਬਹਾਦਰ ਪੁੱਤਰ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸੱਚਖੰਡ ਨੂੰ ਜਾਣਾ ਪ੍ਰਵਾਨ ਕੀਤਾ, ਸ਼ਹਾਦਤ ਨੂੰ ਪ੍ਰਵਾਨ ਕੀਤਾ, ਪਰ ਧਰਮ ਬਦਲਣਾ ਪ੍ਰਵਾਨ ਨਹੀਂ ਕੀਤਾ ਹੈ। ਐਸੇ ਸਾਹਿਬਜ਼ਾਦੇ ਦਾ ਅੱਜ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਲਿਖੈ ਕਥੈ ਨਾ ਛੁਟੀਐ, ਬਖਸ਼ਣਹਾਰ ਬਖਸ਼ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ ਜੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ।